ਸਤਿ ਸ਼੍ਰੀ ਅਕਾਲ ਸਾਰੇ ਪਟਿਆਲਾ ਵਾਸੀਆਂ ਨੂੰ। ਕੋਵਿਡ ਦੇ ਵਿੱਚ ਸਰਕਾਰ ਵੱਲੋਂ ਕਿਹੜੇ ਕਿਹੜੇ ਕਦਮ ਚੁੱਕੇ ਗਏ ਇਸ ਵੀਕ ਔਰ ਕਿਹੜੇ ਕਿਹੜੇ ਐਫਰਟਸ ਜਿਹੜੇ ਹੈ ਪੰਜਾਬ ਸਰਕਾਰ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਨ ਕੋਲੈਬੋਰੇਸ਼ਨ ਵਿਦ ਡਿਸਟ੍ਰਿਕਟ ਪੁਲਿਸ ਔਰ ਸਿਵਲ ਸਰਜਨ ਦਫ਼ਤਰ ਦੇ ਨਾਲ ਮਿਲ ਕੇ ਜੋ ਵੀ ਇਸ਼ੂ ਸੀਗੇ ਉਹਨੂੰ ਉਹ ਇੱਕ ਡੇਟਾ ਜਿਹੜਾ ਹੈਗਾ ਤੁਹਾਡੇ ਸਮਕਸ ਰੱਖ ਰਹੇ ਹਾਂ। 22 ਸਪਟੈਂਬਰ ਤੱਕ ਟੋਟਲ ਸਾਡੇ ਜਿਹੜੇ ਸੈਂਪਲ ਕਲੈਕਟਡ ਹੈ ਉਹ 1,40,000 ਦੇ ਨੇੜੇ ਤੇੜੇ ਹੋ ਚੁੱਕੇ ਹੈ। ਪੇਸ਼ੈਂਟ ਜਿਹੜੇ ਟੋਟਲ ਪੋਜ਼ਿਟਿਵ ਪਾਏ ਗਏ ਹੁਣ ਤੱਕ ਉਹ 10,514 ਹੈਗੇ ਜੀ। ਪੇਸ਼ੈਂਟਸ ਐਕਟਿਵ ਜੋ ਅੱਜ 22 ਸਪਟੈਂਬਰ ਨੂੰ ਸਾਰੇ ਜਿੰਨੇ ਐਕਟਿਵ ਪੇਸ਼ੈਂਟਸ ਹੈਗੇ 2,111 ਪੇਸ਼ੈਂਟਸ ਹੈਗੇ ਸਾਡੇ। ਹੁਣ ਤੱਕ 8,117 ਪੇਸ਼ੈਂਟ ਡਿਸਚਾਰਜ ਹੋ ਗਏ ਨੇ ਅਤੇ ਹੁਣ ਤੱਕ ਟੋਟਲ ਡੈਥ ਜਿਹੜੀ ਪਟਿਆਲਾ ਜ਼ਿਲ੍ਹੇ ਦੀ ਹੈਗੀ 286 ਹੈਗੀ। ਜਦ ਵੀ ਅਸੀਂ ਸੈਂਪਲਸ ਕਲੈਕਟ ਕਰਦੇ ਹਾਂ ਜਦੋਂ ਵੀ ਸਾਡੇ ਪੋਜ਼ਿਟਿਵ ਕੇਸਿਸ ਆਉਂਦੇ ਹੈਗੇ ਅਸੀਂ ਐਨਾਲਾਈਜ਼ ਕਰਕੇ ਕੰਟੇਨਮੈਂਟ ਔਰ ਮਾਈਕਰੋ ਕੰਟੇਨਮੈਂਟ ਏਰੀਆ ਨੋਟੀਫਾਈ ਕਰਦੇ ਹਾਂ। ਸਾਡਾ ਇੱਕ ਕੰਟੇਨਮੈਂਟ ਏਰੀਆ ਹੈਗਾ ਔਰ 7 ਮਾਈਕਰੋ ਕੰਟੇਨਮੈਂਟ ਏਰੀਆ ਹੈਗੇ। ਜਿਹੜਾ ਇੱਕ ਕੰਟੇਨਮੈਂਟ ਏਰੀਆ ਉਹ ਸਾਡਾ ਰੇਡੀਅੰਟ ਟੈਕਸਟਾਈਲ ਫੈਕਟਰੀ ਵਿਲੇਜ 64 ਪਟਿਆਲਾ ਦੇ ਵਿੱਚ ਬਣਿਆ। ਉਸੇ ਤਰ੍ਹਾਂ 7 ਜਿਹੜੇ ਸਾਡੇ ਮਾਈਕਰੋ ਕੰਟੇਨਮੈਂਟ ਏਰੀਆ ਬਣੇ ਹੈਗੇ ਉਹ ਧਾਲੀਵਾਲ ਕਾਲੋਨੀ ਆਪੋਜ਼ਿਟ ਅਮਰ ਹੋਸਪਿਟਲ, ਕ੍ਰਿਸ਼ਨਾ ਕਾਲੋਨੀ ਨਾਭਾ ਰੋਡ ਪਟਿਆਲਾ, ਏਕਤਾ ਕਾਲੋਨੀ ਝਿਲ ਰੋਡ ਪਟਿਆਲਾ, ਇੱਕ ਮੰਜੌਲੀ ਸਾਡਾ ਪਿੰਡ ਹੈ ਘਨੌਰ ਦੇ ਵਿੱਚ, ਇੱਕ ਪਿੰਡ ਹੈਗਾ ਦਕੌਂਦਾ ਬਲੋਕ ਬਾਦਸੋ ਦੇ ਵਿੱਚ ਹੈਗਾ, ਇੱਕ ਕੋਟਲੀ ਪਿੰਡ ਹੈਗਾ ਸਾਡਾ ਬਾਦਸੋ ਬਲੋਕ ਦੇ ਵਿੱਚ, ਘੁੰਮਨ ਨਗਰ ਸਟਰੀਟ ਨੰਬਰ 8 ਪਟਿਆਲਾ, ਅਰਬਨ ਸਟੇਟ ਫੇਜ਼ ਨੰਬਰ 2 ਹਾਊਸ ਅਰਬਨ ਸਟੇਟ ਪਟਿਆਲਾ, ਅਰਬਨ ਸਟੇਟ ਫੇਜ਼ 2 ਅਗੇਨ 526 ਤੋਂ ਲੈ ਕੇ 529 ਪਟਿਆਲਾ। ਇਹ ਸਾਡੇ 7 ਕੰਟੇਨਮੈਂਟ ਮਾਈਕਰੋ ਕੰਟੇਨਮੈਂਟ ਏਰੀਆ ਬਣੇ ਹੈਗੇ ਜੀ। ਹੁਣ ਤੱਕ ਜਿੰਨੇ ਵੀ ਸਾਡੇ ਜਿਹੜੇ ਪੋਜ਼ਿਟਿਵ ਆਏ ਗਏ ਉਹਦੇ ਵਿੱਚ ਅਗਰ ਤੁਸੀਂ ਇਹ ਦੇਖੋ ਕਿੰਨੇ ਹੋਮ ਆਈਸੋਲੇਸ਼ਨ ਦੇ ਕੇਸਿਸ ਹੈਗੇ, ਇਹਦੇ ਵਿੱਚ ਸਾਡੇ ਜਿਹੜੇ ਟੋਟਲ ਹੋਮ ਆਈਸੋਲੇਸ਼ਨ ਕੇਸਿਸ ਹੈਗੇ ਅੱਜ ਦੇ ਵਿੱਚ ਅਗਰ ਐਕਟਿਵ ਹੋਮ ਆਈਸੋਲੇਸ਼ਨ ਕੇਸਿਸ ਸਾਡੇ 1246 ਹੈ। ਇਹ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਹੁਣ ਸਰਕਾਰ ਨੇ ਕੇਸਿਸ ਰਿਲੈਕਸ ਕਰਤੇ ਹੈਗੇ ਕਿ ਲੋਕਾਂ ਨੂੰ ਅਗਰ ਦੇ ਆਰ ਨੋਟ ਸਿਮਟੋਮੈਟਿਕ ਐਂਡ ਦੇ ਹੈਵ ਜਿਹੜਾ ਹੈਗਾ ਉਹਨਾਂ ਦੇ ਕੋਲ ਘਰ 'ਚ ਪ੍ਰਾਵਧਾਨ ਹੈਗਾ ਰਹਿਣ ਦਾ ਵੱਖਰਾ, ਉਹਨਾਂ ਦੇ ਕੋਲ ਆਪਣੇ ਸੈਪਰੇਟ ਰੂਮ ਹੈ, ਸੈਪਰੇਟ ਬਾਥਰੂਮ ਹੈ, ਅਗਰ ਉਹ ਰਹਿ ਸਕਦੇ ਉਹਨਾਂ ਨੂੰ ਅਸੀਂ ਹੋਮ ਆਈਸੋਲੇਸ਼ਨ 'ਚ ਸ਼ਿਫਟ ਕਰ ਦਿੰਦੇ। ਇਹਦੇ ਸਾਨੂੰ ਦੋ ਫਾਇਦੇ ਹੁੰਦੇ ਜੀ, ਪੇਸ਼ੈਂਟ ਵੀ ਸਾਈਕੋਲੋਜੀਕਲੀ ਠੀਕ ਰਹਿੰਦਾ ਹੈ, ਨਾਲ ਦੇ ਨਾਲ ਕੋਸ਼ਿਸ਼ ਇਹ ਰਹਿੰਦੀ ਸਾਡੇ L2 ਔਰ L3 ਬੈੱਡ ਦੇ ਵਿੱਚ ਜਿਹੜਾ ਬਰਡਨ ਹੁੰਦਾ ਹੈ ਉਹ ਵੀ ਘੱਟ ਜਾਂਦਾ ਹੈਗਾ। ਬਟ ਨਾਲ ਦੇ ਨਾਲ ਸਾਡੀ ਅਤੇ ਜਿਹੜੇ ਹੋਮ ਆਈਸੋਲੇਸ਼ਨ ਦੇ ਪੇਸ਼ੈਂਟ ਹੈ ਉਹਨਾਂ ਦੀ ਫੈਮਿਲੀ, ਉਹਨਾਂ ਦੀ ਰਿਸਪੋਂਸੀਬਿਲਿਟੀ ਔਰ ਵੱਧ ਜਾਂਦੀ ਹੈਗੀ। ਅਸੀਂ ਇਹਨਾਂ ਦਾ 2 ਵਾਰ ਦਿਨ 'ਚ ਸੈਚੂਰੇਸ਼ਨ ਲੈਵਲ, ਕੋਈ ਫੀਵਰ ਤੋਂ ਨਹੀਂ, ਕਿਸੇ ਤਰ੍ਹਾਂ ਦੀ ਕੋਈ ਇਸ਼ੂ ਤੋਂ ਨਹੀਂ ਆਇਆ, ਜਦ ਵੀ ਕਿੱਥੇ ਸਾਨੂੰ ਲੱਗਦਾ ਹੈ ਕਿ ਇਹਨਾਂ ਦਾ ਸੈਚੂਰੇਸ਼ਨ ਲੈਵਲ ਡਰੋਪ ਹੋ ਰਿਹਾ, ਇਹਨਾਂ ਨੂੰ ਨਾਲ ਦੇ ਨਾਲ ਅਸੀਂ ਹਸਪਤਾਲ ਸ਼ਿਫਟ ਕਰ ਦਿੰਦੇ ਹੈਗੇ। ਸਾਡੀ ਜਿਹੜੀ ਟੈਸਟਿੰਗ ਹੈ ਹੁਣ ਪਹਿਲੇ ਨਾਲੋਂ ਕਾਫੀ ਵੱਧ ਗਈ ਹੈ ਜੀ। ਪਹਿਲੇ ਸਾਡਾ ਜਿਹੜਾ ਟੈਸਟਿੰਗ ਹੁੰਦਾ ਸੀਗਾ 1800 ਨੇੜੇ ਤੇੜੇ 2000 ਹੁੰਦੀ ਸੀਗੀ, ਹੁਣ ਅਸੀਂ ਕੰਸਿਸਟੈਂਟਲੀ 2400-2500, ਇੱਕ ਦਿਨ ਅਸੀਂ 3400 ਵੀ ਜਿਹੜਾ ਹੈਗਾ ਟੈਸਟਿੰਗ ਕੀਤੀ ਹੈ। 22 ਸਪਟੈਂਬਰ ਨੂੰ ਸਾਡੇ ਟੋਟਲ ਟੈਸਟਿੰਗ 2300 ਦੇ ਨੇੜੇ ਤੇੜੇ ਹੋਈ ਹੈ। ਇਹਦੇ ਵਿੱਚ ਅਸੀਂ ਬਾਈਫਰਕੇਟ ਕਰਦੇ, RT-PCR ਟੈਸਟਿੰਗ ਹੁੰਦੀ, ਐਂਟੀਜਨ ਟੈਸਟਿੰਗ ਹੁੰਦੀ ਹੈ, ਟਰੂ ਨੈਟ ਔਰ CBNET ਦੇ ਵਿੱਚ ਟੈਸਟਿੰਗ ਕਰਾਉਂਦੇ ਅਸੀਂ। ਇਸ ਹਫਤੇ ਇੱਕ ਛੋਟਾ ਜਿਹਾ ਜੋੜਾ ਐਨਾਲਾਈਜ਼ ਅਸੀਂ ਔਰ ਕਰ ਰਹੇ ਹਾਂ, ਜਸਟ ਟੂ ਨੋ ਕਿ ਆਪਣੀ ਜਿਹੜੀ ਪੋਜ਼ਿਟਿਵ ਕੇਸਿਸ ਕਿਸ ਏਜ ਗਰੁੱਪ ਦੇ ਵਿੱਚ ਜ਼ਿਆਦਾ ਆ ਰਹੇ ਨੇ। ਮੇਰੇ ਸਭ ਤੋਂ ਜ਼ਿਆਦਾ ਜਿਹੜੇ ਕੇਸਿਸ ਪੋਜ਼ਿਟਿਵ ਹੈਗੇ ਉਹ 30-39 ਈਅਰ ਵਾਲੇ ਏਜ ਗਰੁੱਪ ਮੈਂ ਆਏ, ਦੈਟ ਇਜ਼ 2356। 10 ਸਾਲ ਤੋਂ ਘੱਟ ਜਿਹੜੇ ਹੈਗੇ, ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਕਿ 316 ਕੇਸਿਸ ਹੈਗੇ। ਉਸੇ ਤਰ੍ਹਾਂ ਅਗਰ ਸਭ ਤੋਂ ਜ਼ਿਆਦਾ ਮੇਰੀ ਅਗਰ ਪਟਿਆਲਾ ਦੇ ਵਿੱਚ ਅਗਰ ਡੈਥ ਦੇਖੀਏ ਕਿਸ ਏਜ ਗਰੁੱਪ ਦੇ ਵਿੱਚ ਜ਼ਿਆਦਾ ਹੋਈ ਹੈ, ਇਹ 60-70 ਦਾ ਜਿਹੜਾ ਏਜ ਗਰੁੱਪ ਹੈ ਇਹਦੇ ਵਿੱਚ 87 ਡੈਥ ਹੋਈ ਹੈ ਸਾਡੇ ਟੋਟਲ, ਜਿਹਦੇ ਵਿੱਚ 72 ਗੌਰਮੈਂਟ ਹੋਸਪਿਟਲ ਦੇ ਵਿੱਚ ਹੋਈ ਔਰ 15 ਪ੍ਰਾਈਵੇਟ ਹਸਪਤਾਲ ਦੇ ਵਿੱਚ। ਔਰ ਸਾਡਾ CFR ਹੁਣ ਘੱਟ ਕੇ 3.3 ਤੋਂ 2.76 ਆ ਗਿਆ। ਜਿਹੜੀ ਕੇਸ ਫਟੈਲਿਟੀ ਰੇਸ਼ੋ, ਅਸੀਂ ਟੋਟਲ ਡੈਥ ਡਿਵਾਈਡਡ ਬਾਈ ਟੋਟਲ ਪੋਜ਼ਿਟਿਵ ਕੇਸਿਸ, ਇਹ ਫਾਰਮੂਲਾ ਲੱਗਦਾ ਹੈਗਾ। ਬਟ ਜਿਹੜਾ ਇਸ਼ੂ ਜੋ ਬਾਰ ਬਾਰ ਐਜ਼ ਅ ਪ੍ਰਸ਼ਾਸਨ, ਐਜ਼ ਅ ਡਿਸਟ੍ਰਿਕਟ ਮੈਜਿਸਟਰੇਟ, ਜਿਵੇਂ ਆਪਾਂ ਬਹੁਤ ਮਾਈਨੂਟਲੀ ਮੋਨੀਟਰ ਕਰਦੇ ਹਾਂ, ਸਾਡੀ 33 ਡੈਥ ਜਿਹੜਾ ਹੈਗਾ 24 ਘੰਟੇ ਤੋਂ ਥੱਲੇ ਹੋਈ ਹੈ। ਅੱਜ ਫੇਸਬੁੱਕ ਲਾਈਵ 'ਤੇ ਕਈ ਕੁਸ਼ਚਨ ਵੀ ਆਏ ਕਿ ਲੋਕ ਅੱਗੇ ਆ ਕੇ ਟੈਸਟ ਨਹੀਂ ਕਰਾ ਰਹੇ ਸੀਗੇ, ਹੁਣ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਹਰ ਇੱਕ ਏਜੰਸੀ ਨੇ ਬਹੁਤ ਮਿਹਨਤ ਕੀਤੀ ਹੈ, ਲੋਕ ਹੁਣ ਅੱਗੇ ਆ ਕੇ ਟੈਸਟ ਵੀ ਕਰਾ ਰਹੇ। ਬਟ ਜਦ ਤੱਕ ਅਸੀਂ ਟੈਸਟ ਨਹੀਂ ਕਰਾਵਾਂਗੇ, ਅਰਲੀ ਡਿਟੈਕਟ ਨਹੀਂ ਕਰਾਂਗੇ, ਅਸੀਂ ਆਪਣੇ ਗੋਲਡਨ ਡੇਜ਼ ਅਗਰ ਬਰਬਾਦ ਕਰ ਦਾਂਗੇ ਘਰ 'ਚ, ਕਹੀਂ ਨਾ ਕਹੀਂ ਕੇਸ ਫਟੈਲਿਟੀ ਰੇਟ ਵੱਧਦਾ ਹੈ, ਮੋਰਟੈਲਿਟੀ ਵੱਧ ਜਾਂਦੀ ਹੈਗੀ। ਤੋ ਮੈਂ ਤੁਹਾਨੂੰ ਅਤੇ ਤੁਹਾਡੇ ਆਸ ਪਾਸ ਜਿੰਨੇ ਲੋਕ ਹੈ ਜਿਨ੍ਹਾਂ ਨੂੰ ਤੁਸੀਂ ਕੰਟੈਕਟ ਕਰਦੇ, ਉਹਨਾਂ ਨੂੰ ਇਹ ਅਪੀਲ ਕਰਦਾ ਕਿ ਜਦ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਸਿਮਟਮ ਹੈ, ਬੁਖਾਰ ਹੈ, ਡਾਇਰੀਆ ਹੈਗਾ, ਕਫ ਹੈ, ਤੁਹਾਨੂੰ ਸਾਹ ਲੈਣ 'ਚ ਕੋਈ ਦਿੱਕਤ ਹੈ, ਪਲੀਜ਼ ਟੈਸਟ ਕਰਾਓ। ਜਿੰਨੀ ਛੇਤੀ ਤੁਸੀਂ ਟੈਸਟ ਕਰਾ ਕੇ ਆਪਣਾ ਪ੍ਰੋਬਲਮ ਡਿਟੈਕਟ ਕਰੋਗੇ, ਉਨੀ ਛੇਤੀ ਮੈਡੀਕਲ ਇੰਟਰਵੈਂਸ਼ਨ ਕਰ ਪਾਵਾਂਗੇ। 2-3 ਦਿਨ ਜਿਹੜੇ ਹੁੰਦੇ ਉਹ ਬਹੁਤ ਮੇਜਰ ਇੰਪੋਰਟੈਂਟ ਹੁੰਦੇ ਆ। ਮੈਂ ਕਿਸੇ ਦਾ ਨਾਮ ਲਏ ਬਗੈਰ, ਬੜੇ ਇੰਪੋਰਟੈਂਟ ਕੇਸਿਸ ਮੇਰੇ ਘਰ ਹੈ, ਜਿਵੇਂ ਰਾਜਸਥਾਨ 'ਚ ਪੈਰਾਸੀਟਾਮੋਲ ਲੈਂਦੇ ਰਹੇ 3-4 ਦਿਨ ਔਰ ਉਹ ਅਰਲੀ ਡਿਟੈਕਟ ਨਹੀਂ ਕਰ ਪਾਏ। ਸਾਡੇ ਦੂਰ ਦੇ ਰਿਸ਼ਤੇਦਾਰ ਹੈ, ਅਗਰ ਟਾਈਮਲੀ ਚਲੇ ਜਾਂਦੇ
तो शायद उन्हां दी जान बच जाती। तो ये बहुत छोटी छोटी चीज़ है, आपां नूं सोचना पएगा, समझना पएगा कि जब भी तुहानूं सिम्पटम है टैसट कराओ और मैडिकल इंटरवेंशन ले लो नाल दे नाल। साडे केसेज अगर तुसीं पिछले 3-4 दिन का देखो, कल जिहड़ा 20 सितंबर नूं 151 केसेज सीगे, उस तो पहले 183 सीगे, उस तो पहले 218-200 केसेज। टेस्ट वदन नाल भी साड़ी जिहड़ी पॉजिटिविटी रेट है वो 8-9% दे नेड़े तेड़े बनी हुई है, पहले 11-12% सीगी। ये ठीक गल है कि हुण पॉजिटिविटी घट गई है, बट एब्जोल्यूट नंबर चूँकि ज़्यादा टेस्ट हो रहे, एब्जोल्यूट नंबर उन्ने ही वध्या जा रहे हैं जी। बाकी अगर लाइव फेसबुक दे विच आज दे जिहड़े कोविड दे रेस्पेक्ट से जिहड़े क्वेश्चन है, अमरिंदर सिंह सैनी साहब है, ये कहिंदे जी सोशल मीडिया दे विच कोविड बारे काफ़ी गलत अफवाह फैलाई जा रही है। अमरिंदर जी, मैं हर पिछले 2 वीक तो जब मैं गल करदा, मैं 2-3 चीज़ों की बहुत फोकस करदा इंपॉर्टेंट, कि कोई भी न्यूज़ है, कोई भी इन्फॉर्मेशन, उन्होंने अपने प्रोसेस करो, माइंडफुली प्रोसेस करो। जब मैं माइंडफुली प्रोसेस की गल करता, तुहानू जिहड़ी अवेयरनेस है तुहाडी चंगी होनी चाहिए हैगी। लोग कुछ भी कह सकते हैं, गवर्नमेंट वालों, सिविल सर्जन वालों, मेरे ऑफिस वालों जिहड़ी इन्फॉर्मेशन आती है, दैट इज़ वेटेड इन्फॉर्मेशन, दैट इज़ नॉट अ स्टीरियोटाइप इन्फॉर्मेशन। तो SSP साहब वालों, पुलिस वालों 10-12 पर्चे किए गए, कुछ इस तरह के भी प्रोपोगेंडा चल रहा है कि ऑर्गन ट्रांसप्लांट करा दे, इस तरह की कोई गल नहीं, मैं सिरे तो खारिज कर सकता एज अ डिस्ट्रिक्ट मैजिस्ट्रेट, इस तरह की कोई गल नहीं है। अगर इस तरह की कोई गल करता है, प्लीज़ उन्होंने तुसी क्वेश्चन करो, कोई फैक्ट है, कोई एविडेंस है तो सानू दिखाओ, बट कोई भी किसी तरह का भी कोई भी र्यूमर मोंगरिंग चंगी चीज़ नहीं, सोसाइटी के लिए चंगी चीज़ नहीं, अपने परिवार के लिए चंगी चीज़ नहीं। इसीलिए इस तरह के लोगों को आपां नूं डिसकरेज करना चाहिए एज अ सोसाइटी। असी इत्थे एक्ट कर रहे हैं, असी रजिस्टर कर रहे हैं FIR, पर तुहाडे वल्लों भी अगर सोशल बॉयकॉट होना शुरू हो जाए इन लोगों का, कहीं ना कहीं साडा जिहड़ा काम है वो बहुत सुलझ जाता है। उसी तरह सौरभ नाथ लरोइया साहब है, ये कहिंदे जी रैली हो रही है, सोशल डिस्टेंस, मास्क नहीं पा रहे। असी इस सैशन के माध्यम से लोगों को यही अपील करते हैं जी, जो भी लोग बाहर घूम रहे, मास्क का उपयोग करो, सोशल डिस्टेंसिंग फॉलो करो। अभिमन्यु गोयल साहब हैं, ये कहते जी एक एक्शन टेकन इन द डिस्ट्रिक्ट ऑन द रिकमेंडेशन ऑफ द 2-member कमेटी अपॉइंटेड बाय द सेंट्रल गवर्नमेंट टू हेल्प रिड्यूस द केस फैटेलिटी रेट इन पंजाब। अभिमन्यु जी, साड़ी एक डेथ कमेटी बनी हुई है, डेथ ऑडिट कमेटी बनी हुई, असी हर एक डेथ नू ऑडिट करते हैं, डेट ऑफ एडमिशन कद हुई, डेट ऑफ डेथ कद है, उहदे विच किन्ना टाइम लंघ गया, किस तरह की इंटरवेंशन है, जिवें कि राजेंद्र हॉस्पिटल से साडे सीरियस पेशेंट अगर उत्थे जांदे, कोई प्राइवेट हॉस्पिटल से जांदा, आपां हैपारिन देंदे, बिकॉज हैपारिन आपां इसलिए देंदे क्योंकि खून थोड़ा पतला कर दिए। बाकी डिफरेंट केसेस दे विच डिफरेंट इंटरवेंशन हैगी। असी हर रोज़ एज ग्रुप वाइज, एरिया वाइज, अर्बन रूरल एज ग्रुप, कोई कोमॉर्बिडिटी तो नहीं, कोई डायबिटीज़ का केस तो नहीं, कोई हार्ट इशू तो नहीं, कोई हाइपर टेंशन द मरीज तो नहीं, कोई डायबिटिक मेलिटस वाला केस तो नहीं, हर एक चीज़ को एनालाइज कर दें। कोशिश यही कर दें कि एनालाइज करके जो भी कोई नेक्स्ट पेशेंट आंदा है साडा, उन्हों आप चंगी तरह देखिए, बट अर्ली डिटेक्शन, लोगों को मैं वही अपील करता जी, अर्ली डिटेक्ट होकर साढ़े को आओगे तो कहीं ना कहीं साड़ी जी विंडो है बचाने की वो ज़्यादा वाइड हो जाती हैगी। दूजा तुहाडा क्वेश्चन, अपार्ट फ्रॉम प्रेजेंटली डिप्लॉयड 125 बैड नंबर ऑफ वेंटिलेटर इन स्टॉक एंड येट टू बी डिप्लॉयड, जहाँ तक मेरी जी राजेंद्र हस्पिटल के नाल जी वीकली मीटिंग होंगी है, साड़ी अवेयरनेस है, साढ़े को टोटल 99 वेंटिलेटर है, बट आप जब वेंटिलेटर की गल करते, सिर्फ वेंटिलेटर की नहीं जी, बाईपैप हो गया, NRM मास्क हो गए, हाइव नेजल कैनूलाज है, ये भी साढ़े L3 का पार्ट बन जाता है, सारे डिप्लॉयड है, बट हर एक पेशेंट नू वेंटिलेटर दी लोड नहीं है। दिस इज़ अ मिथ, जिवें कि राजेंद्र हॉस्पिटल दे नोडल अफसर भी कई बार तुहाडे नाल लाइव सैशन करदे, बाईपैप भी बहुत कारगर हैगा, NRM मास्क भी, ये असी L3 दे विच काउंट कर रहे हैं। तुहाडा एक क्वेश्चन है, इफ रिसोर्सेज एंड रेगुलेटरी फ्रेमवर्क अलाउज, दैन प्लीज़ लुक इन टू द पॉसिबिलिटी ऑफ लीजिंग आउट वेंटिलेटर्स टू प्राइवेट हॉस्पिटल सो दैट देयर अनयूज्ड मैन पावर कैन बी ऑप्टीमली यूज। एकदम वैलिड क्वेश्चन है जी, प्राइवेट हस्पतालों भी असी वेंटिलेटर दे रहे हैं, साढ़े जेडे पंजाब हेल्थ सिस्टम कारपोरेशन दे MDA उन्होंने वालों 9 वेंटिलेटर हुण तक प्राइवेट हॉस्पिटल दे विच इंसर्ट कर दिते जा चुके हैं। आज भी सिविल सर्जन साहब वालों चंडीगढ़ दे नाल राबता हो रहा है, सानू और नैक्सट लॉट मिलन जा रहा है, वो भी असी प्राइवेट, अगर लोड पैंदी है प्राइवेट हॉस्पिटलों नूं, उन्हां नूं असी इंसर्ट कर देवांगे जी। सुनील गुप्ता जी हैं, ये कहते जी ओपन आईलेट्स इंस्टीट्यूट एज लाइक ओपन टू स्कूल फॉर 9th and 12th, जी मैं वही कह रहा जी, ये होम डिपार्टमेंट का प्रेरोगेटिव है, जब भी कोई आदेश आएगा असी नाल दे नाल वो एक्टिवेट करवा देवांगे जी। अमनदीप सिंह भुल्लर साहब हैं, ये कहते जी प्रॉब्लम जी है कि पीपल डोंट अंडरस्टैंड द डिजीज़ एंड गो टू द हॉस्पिटल एट लास्ट स्टेज। मैं वही कह रहा जी बार बार कि कोई भी सिम्टोमैटिक है, कोई भी सिम्टम है जो तुम्हें लगता है कोविड का सिम्टम है,
ਤੁਸੀਂ ਟੈਸਟ ਕਰਾ ਕੇ ਸਾਡੇ ਕੋਲ ਆਓ, ਜਿੰਨੀ ਛੇਤੀ ਤੁਸੀਂ ਆਓਗੇ। ਔਰ ਹੋਮ ਆਈਸੋਲੇਸ਼ਨ ਸਾਡੇ ਕੋਲ ਹੁਣ ਇੱਕ ਫੈਸਿਲਿਟੀ ਹੈ, ਜ਼ਰੂਰੀ ਕਿ ਤੁਸੀਂ ਹੋਸਪਿਟਲ 'ਤੇ ਜਾਓਗੇ। ਮਾਈਲਡ ਸਿਮਟੋਮੈਟਿਕ ਵੀ ਅਗਰ ਡਾਕਟਰਸ MO ਮੈਡੀਕਲ ਅਫਸਰ ਇਹ ਕਹਿੰਦਾ ਤੁਸੀਂ ਹੋਮ ਆਈਸੋਲੇਸ਼ਨ 'ਚ ਜਾ ਸਕਦੇ ਹੋ, ਅਸੀਂ ਤੁਹਾਨੂੰ ਹੋਮ ਆਈਸੋਲੇਟ ਕਰ ਦੇਵਾਂਗੇ। ਸ਼ਿਖਰ ਵਾਲੀਆ ਸਾਹਿਬ ਹੈ, ਪਿਛਲੀ ਵਾਰ ਵੀ ਇਹਨਾਂ ਦੇ ਕੁਸ਼ਚਨ ਸੀਗੇ, ਵੈਲਿਡ ਕੁਸ਼ਚਨ ਸੀਗੇ, ਇਸ ਸਾਲ ਵੀ ਇਹਨਾਂ ਦਾ, ਇਸ ਹਫਤੇ ਵੀ ਇਹਨਾਂ ਦਾ ਕਈ ਵੈਲਿਡ ਕੁਸ਼ਚਨ ਆਏ, ਮੈਂ ਬਹੁਤ ਛੇਤੀ ਇਹਨਾਂ ਦਾ ਆਨਸਰ ਦੇਵਾਂਗਾ। ਜੀ, ਡਾਇਬਿਟਿਕ ਪੇਸ਼ੈਂਟ ਦੇ ਬਾਰੇ ਗੱਲ ਕਰਦੇ ਹਾਂ, ਪਿਛਲੀ ਵਾਰ ਤੁਸੀਂ ਕਿਹਾ ਸੀਗਾ ਕਿ ਪੇਸ਼ੈਂਟ ਦੇ ਖਾਣੇ ਦੇ ਟਾਈਮਿੰਗ ਕੀ ਹੈ, ਉਹ ਮੈਂ ਤੁਹਾਨੂੰ ਜਿਹੜਾ ਹੈਗਾ ਬਰੀਫ ਕੀਤਾ ਸੀਗਾ। ਤੁਹਾਡੀ ਗੱਲ ਇੱਕਦਮ ਠੀਕ ਹੈ ਕਿ ਡਾਇਬਿਟਿਕ ਪੇਸ਼ੈਂਟ ਨੂੰ ਖਾਣਾ ਜਿਹੜਾ ਹੈਗਾ 6 ਘੰਟੇ ਦਾ ਗੈਪ ਨਹੀਂ ਹੁੰਦਾ ਹੈਗਾ, ਬਟ ਬਾਕੀ ਜਿਹੜੇ ਘਰ ਵਾਲੇ ਖਾਣਾ ਦੇ ਕੇ ਜਾਂਦੇ ਅਸੀਂ ਉਹਨਾਂ ਨੂੰ ਇਹ ਡਾਇਰੈਕਟ ਕਰਦੇ ਹਾਂ ਜੀ, ਅਗਰ ਵਿਚਕਾਰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਹੈਗੀ, ਅਸੀਂ ਹੁਣ ਵੀ ਪ੍ਰਿੰਸੀਪਲ ਸਾਹਿਬ ਦੇ ਨਾਲ ਗੱਲ ਕਰਕੇ ਹਟੇ, ਇਹਨੂੰ ਇੰਟਰਵਿਊ ਕਰਾਂਗੇ। ਥੈਂਕ ਯੂ ਫੋਰ ਪੁਟਿੰਗ ਅਪ ਦਿਸ ਕੁਸ਼ਚਨ। ਅਗਰ ਕੋਈ ਲਕੂਨਾ ਹੈ, ਕੋਈ ਗੈਪ ਹੈ, ਅਸੀਂ ਇਹਨੂੰ ਜਿਹੜਾ ਹੈਗਾ ਸਹੀ ਤਰੀਕੇ ਨਾਲ ਤੁਹਾਨੂੰ ਵਾਪਸ ਮੈਂ ਬਰੀਫ ਕਰ ਦਾਂਗਾ। ਇਨਫੈਕਟ ਆਈ ਵਿਲ ਮੇਕ ਸ਼ੋਰ ਕਿ ਫੇਸਬੁੱਕ 'ਤੇ ਇਹਨੂੰ ਚੜਾ ਵੀ ਦੇਵਾਂ। ਤੁਸੀਂ ਇਹ ਕਹਿੰਦੇ ਜੀ ਅਟੈਂਡੈਂਟ ਜਿਹੜੇ ਹੈ ਸ਼ੋਰਟ ਹੈਗੇ, ਅਟੈਂਡੈਂਸ ਅਸੀਂ ਡਾਇਰੈਕਟ ਕੀਤਾ ਜੀ, ਅਟੈਂਡੈਂਸ ਵਧਾ ਲਈਏ। ਜਿੰਨੇ ਵੀ ਆਪਣੇ ਵਾਰਡ ਅਟੈਂਡੈਂਟ ਹੈ, ਹਰ ਇੱਕ ਪੇਸ਼ੈਂਟ ਸਾਡੀ ਡਿਊਟੀ ਹੈ ਉਹਨਾਂ ਨੂੰ ਅਟੈਂਡ ਕਰਨ। ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੈ, ਉਹ ਵਾਰਡ ਅਟੈਂਡੈਂਟ ਦੀ ਡਿਊਟੀ ਹੈ, ਨਰਸਿਸ ਦੀ ਡਿਊਟੀ ਹੈ। ਅਵੇਅਰਨੈਸ ਪ੍ਰੋਗਰਾਮ ਅਸੀਂ ਕਰ ਰਹੇ ਹਾਂ। ਬਾਕੀ ਤੁਹਾਡੇ ਜਿਹੜੇ ਡਾਇਬਿਟਿਕ ਰਿਲੇਟਡ ਕੁਸ਼ਚਨ ਹੈ, ਉਹ ਅੱਜ ਅਸੀਂ ਪ੍ਰਿੰਸੀਪਲ ਦੇ ਨਾਲ ਮੀਟਿੰਗ ਕਰ ਲਈ ਹੈ, ਸਾਡੇ ਨੋਡਲ ਅਫਸਰ ਨੂੰ ਅਸੀਂ ਸੂਚਿਤ ਕੀਤਾ ਹੈ। ਬਾਕੀ ਸੈਨੀਟਾਈਜੇਸ਼ਨ ਦੀ ਜਹਾਂ ਤੱਕ ਗੱਲ ਹੈ, ਸਾਡੀ ਸੈਨੀਟਾਈਜੇਸ਼ਨ ਕਮੇਟੀ ਬਣੀ ਹੋਈ ਹੈ ਡਾਕਟਰਸ ਦੇ ਲੈਵਲ 'ਤੇ, ਉਹ ਸੈਨੀਟਾਈਜੇਸ਼ਨ ਕਰ ਰਹੇ ਹਾਂ। ਜਿੱਥੇ ਵੀ ਕਿਸੇ ਵੀ ਬੈਡ ਮੈਨਰਸ ਜਿੱਥੇ ਤੁਸੀਂ ਦੇਖੋਗੇ, ਪੇਸ਼ੈਂਟ ਜਦ ਖਾਣਾ ਖਾਂਦੇ ਕਈ ਨਾ ਕਈ ਖਾਣਾ ਗਿਰ ਜਾਂਦਾ, ਅਸੀਂ ਵੀ ਘਰੇ ਖਾਣਾ ਖਾਂਦੇ ਮਾੜਾ ਮੋਟਾ ਖਾਣਾ ਗਿਰਦਾ, ਉਸ ਵੇਲੇ ਅਗਰ ਕੋਈ ਵੀਡੀਓ ਬਣ ਜਾਂਦੀ ਹੈਗੀ, ਬੈਡ ਮੈਨੇਜਮੈਂਟ ਜਿਹੜਾ ਬੈਡ ਮੈਨਰਸ ਹੁੰਦੀ ਉਹ ਕਿਸੇ ਦੀ ਪਰਫੈਕਟ ਨਹੀਂ ਹੁੰਦੀ, ਬਟ ਕੋਸ਼ਿਸ਼ ਹੈ ਹੋਸਪਿਟਲ ਸੈਨੀਟਾਈਜੇਸ਼ਨ ਨੂੰ ਅਸੀਂ ਚੰਗੀ ਤਰ੍ਹਾਂ ਰੱਖੀਏ। ਅਤੇ ਡਾਕਟਰਸ ਨੂੰ ਵੀ ਅਸੀਂ ਕਹਿ ਰਹੇ ਹੁਣ MS ਔਰ ਪ੍ਰਿੰਸੀਪਲ ਦੀ ਇੱਕ ਕਮੇਟੀ ਬਣਾਈਏ, ਦੇ ਵਿਲ ਐਕਟ ਪ੍ਰੋਪਰਲੀ ਔਨ ਦਿਸ। ਉਸੇ ਤਰ੍ਹਾਂ ਡਿੰਪੀ ਸਰਪੰਚ ਹੈ, ਦੀਪਕ ਪਾਠਕ ਸਾਹਿਬ, ਇਹ ਕਹਿੰਦੇ ਜੀ ਜਿਹੜੇ ਐਂਟੀਜਨ ਟੈਸਟ ਹੁੰਦੇ ਹੈ, ਅਗਰ ਉਹ ਨੈਗੇਟਿਵ ਆ ਜਾਂਦਾ, ਉਹਨਾਂ ਦਾ ਜ਼ਰੂਰੀ ਨਹੀਂ ਕਿ ਉਹ ਨੈਗੇਟਿਵ ਹੋ, ਉਹ ਪੋਜ਼ਿਟਿਵ ਵੀ ਹੋ ਸਕਦੇ, ਤਾਂ ਉਹਨਾਂ ਦਾ RT-PCR ਕਰਾਉਣਾ ਬਹੁਤ ਜ਼ਰੂਰੀ ਹੈ। ਤੁਹਾਡੀ ਗੱਲ ਕਾਫੀ ਹੱਦ ਤੱਕ ਠੀਕ ਹੈ ਜੀ, ਜਿਹਦੇ ਵੀ ਐਂਟੀਜਨ ਟੈਸਟਿੰਗ ਸਾਡੀ ਨੈਗੇਟਿਵ ਆ ਰਹੀ ਹੈ, ਅਗਰ ਉਹ ਸਿਮਟੋਮੈਟਿਕ ਹੈ, ਅਸੀਂ ਉਹਨਾਂ ਦਾ ਵਾਪਸ RT-PCR ਟੈਸਟ ਕਰਾਉਂਦੇ, ਅਗਰ ਪੋਜ਼ਿਟਿਵ ਆ ਜਾਂਦਾ, ਅਸੀਂ ਹੋਮ ਆਈਸੋਲੇਟ ਜਾਂ ਉਹਨਾਂ ਨੂੰ ਹੋਸਪਿਟਲ ਆਈਸੋਲੇਸ਼ਨ 'ਚ ਲੈ ਜਾਂਦੇ ਹੈਗੇ। ਲਾਸਟ 'ਚ ਮੈਂ ਬਸ ਇਹੀ ਕਹਿਣਾ ਚਾਹਾਂਗਾ ਜੀ, ਕੋਸ਼ਿਸ਼ ਇਹੀ ਕਰੋ, ਜਿੰਨੀ ਛੇਤੀ ਟੈਸਟ ਕਰਾਓਗੇ, ਜਿੰਨੀ ਜਲਦੀ ਡਿਟੈਕਟ ਕਰਾਂਗੇ, ਤੁਹਾਡੀ ਲਾਈਫ ਸਾਡੇ ਲਈ ਉਨੀ ਇੰਪੋਰਟੈਂਟ ਹੈ, ਔਰ ਤੁਹਾਡੀ ਲਾਈਫ ਤੁਹਾਡੇ ਲਈ ਜਿੰਨੀ ਇੰਪੋਰਟੈਂਟ ਹੈ, ਤੁਹਾਡੇ ਪਰਿਵਾਰ ਦੇ ਲਈ ਇੰਪੋਰਟੈਂਟ ਹੈ, ਸਾਡੇ ਲਈ ਵੀ ਇੰਪੋਰਟੈਂਟ ਹੈ। ਛੇਤੀ ਟੈਸਟ ਕਰਾਓ, ਡਿਟੈਕਟ ਕਰੋ, ਔਰ ਹੋਮ ਆਈਸੋਲੇਟ ਜਾਂ ਸਾਡੇ ਹੋਸਪਿਟਲ ਆਈਸੋਲੇਸ਼ਨ 'ਚ ਆ ਜਾਓ। ਧੰਨਵਾਦ। ਜੈ ਹਿੰਦ।